ਅੱਜ ਦਸਮ ਪਿਤਾ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਦੇ ਦਿਨ ਦਸਮ ਪਿਤਾ ਨੇ ਪਟਨਾ ਸਾਹਿਬ ਦੀ ਧਰਤੀ 'ਤੇ ਅਵਤਾਰ ਧਾਰਿਆ। ਨਾਢਾ ਸਾਹਿਬ ਉਹ ਪਵਿੱਤਰ ਧਰਤੀ ਜਿੱਥੇ ਦਸਮ ਪਿਤਾ ਨੇ ਚਰਨ ਪਾਏ, ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਵਿੱਤਰ ਧਰਤੀ ਨੂੰ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਪਾਤਸ਼ਾਹ ਇਸ ਅਸਥਾਨ 'ਤੇ ਰੁਕਦੇ ਨੇ ਆ ਕੇ ਨਾਢਾ ਸਾਹਿਬ ਦੀ ਪਵਿੱਤਰ ਧਰਤੀ 'ਤੇ, ਔਰ ਇੱਥੋਂ ਹੀ ਬਾਅਦ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾਉਂਦੇ ਨੇ। ਤਾਂ ਪਿੱਛੇ ਤੁਸੀਂ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰ ਪਾ ਰਹੇ ਹੋ। ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ, ਇਸ ਪਵਿੱਤਰ ਅਸਥਾਨ 'ਤੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਅੰਦਰ ਕਥਾ ਪ੍ਰਵਚਨ ਚੱਲ ਰਿਹਾ, ਔਰ ਸੰਗਤ ਹੈ ਜਿਹੜੀ ਉਹ ਸਵੇਰ ਤੋਂ ਹੀ ਲਗਾਤਾਰ ਇੱਥੇ ਪਹੁੰਚ ਰਹੀ ਹੈ, ਕਿਉਂਕਿ ਅੱਜ ਬਾਜਾਂ ਵਾਲੇ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਹੈ। ਹਾਲਾਂਕਿ ਪੂਰਾ ਦਿਨ ਸਮਾਗਮ ਚੱਲਣੇ ਨੇ, ਇਹ ਪਹਿਲਾਂ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਥੋੜ੍ਹੀ ਦੇਰ ਬਾਅਦ ਸੰਗਤ ਨੂੰ ਅਸੀਂ ਅੰਦਰ ਦੇ ਦਰਸ਼ਨ ਕਰਾਵਾਂਗੇ, ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਧਰਤੀ ਨੂੰ ਦਸਮ ਪਿਤਾ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਨੇ ਪਟਨਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅਵਤਾਰ ਧਾਰਿਆ। ਉਸ ਪਵਿੱਤਰ ਧਰਤੀ 'ਤੇ ਗੁਰੂ ਸਾਹਿਬ ਨੇ ਕਈ ਸਾਲ ਦਾ ਸਮਾਂ ਬਤੀਤ ਕੀਤਾ। ਹਾਲਾਂਕਿ ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ 29 ਸਾਲ ਦੇ ਕਰੀਬ ਦਾ ਸਮਾਂ ਉਹਨਾਂ ਨੇ ਬਤੀਤ ਕੀਤਾ, ਪਰ ਪ੍ਰਕਾਸ਼ ਉਹਨਾਂ ਦਾ ਪਟਨਾ ਸਾਹਿਬ ਦੀ ਧਰਤੀ 'ਤੇ ਹੁੰਦਾ। ਔਰ ਗੁਰੂ ਸਾਹਿਬ ਦੀ ਜਿੱਥੇ ਜਿੱਥੇ ਚਰਨ ਧੂੜ ਹੈ, ਜਿੱਥੇ ਜਿੱਥੇ ਪਾਤਸ਼ਾਹ ਨੇ ਆਪਣੇ ਚਰਨ ਪਾਏ, ਉਹਨਾਂ ਸਾਰੇ ਅਸਥਾਨਾਂ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਸੰਗਤ ਉੱਥੇ ਪਹੁੰਚਦੀ ਹੈ ਤਾਂ ਕਿ ਦਸਮ ਪਿਤਾ ਦੀ ਚਰਨ ਛੋਹ ਨੂੰ ਨਤਮਸਤਕ ਹੋਇਆ ਜਾ ਸਕੇ। ਤਾਂ ਨਾਢਾ ਸਾਹਿਬ ਦੀ ਉਹ ਪਵਿੱਤਰ ਧਰਤੀ, ਹਾਲਾਂਕਿ ਅਸੀਂ ਅਗਰ ਚੰਡੀਗੜ੍ਹ ਦੇ ਆਸ ਪਾਸ ਦੀ ਗੱਲ ਕਰੀਏ ਤਾਂ ਦੇਖੋ ਗੁਰਦੁਆਰਾ ਨਾਢਾ ਸਾਹਿਬ ਜਿਹੜਾ ਪੰਚਕੂਲਾ ਦੇ ਵਿੱਚ ਸੁਸ਼ੋਭਿਤ ਹੈ, ਇਸ ਗੁਰਦੁਆਰਾ ਸਾਹਿਬ ਦੇ ਕਿਉਂਕਿ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ, ਹਾਲਾਂਕਿ ਜਿਸ ਅਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ, ਜਿਸ ਵੀ ਅਸਥਾਨ 'ਤੇ, ਉਹ ਭਾਗਾਂ ਭਰੀ ਧਰਤੀ ਹੈ, ਉਹ ਸਭ ਤੋਂ ਸੋਹਣੀ ਧਰਤੀ ਹੈ। ਪਰ ਕਿਉਂਕਿ ਦਸਮ ਪਿਤਾ ਨੇ ਇਸ ਧਰਤੀ 'ਤੇ ਚਰਨ ਪਾਏ ਨੇ, ਇਸ ਕਰਕੇ ਇਹ ਧਰਤੀ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ, ਇਹਦੀ ਹੋਰ ਵੀ ਇਤਿਹਾਸਕ ਮਹੱਤਤਾ ਜਿਹੜੀ ਹੈ ਉਹ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਇਹ ਪੰਚਕੂਲਾ ਦੇ ਵਿੱਚ ਗੁਰਦੁਆਰਾ ਨਾਢਾ ਸਾਹਿਬ, ਇਸ ਤੋਂ ਇਲਾਵਾ ਜੀਰਕਪੁਰ ਦੇ ਵਿੱਚ ਗੁਰਦੁਆਰਾ ਨਾਭਾ ਸਾਹਿਬ, ਉਹ ਧਰਤੀ ਜਿੱਥੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੁੰਦੀ ਹੈ ਦਿੱਲੀ ਦੇ ਵਿੱਚ, ਤਾਂ ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਰੰਗਰੇਟੇ ਗੁਰ ਕੇ ਬੇਟੇ ਆਖਿਆ ਦਸਮ ਪਿਤਾ ਨੇ, ਉਹ ਗੁਰੂ ਸਾਹਿਬ ਦਾ ਸੀਸ ਲੈ ਕੇ ਨਾਭਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਉਂਦੇ ਨੇ। ਨਾਭਾ ਸਾਹਿਬ ਵਿਖੇ ਇੱਕ ਰਾਤ ਰੁਕਦੇ ਨੇ, ਉਸ ਤੋਂ ਬਾਅਦ ਉਹ ਅਨੰਦਪੁਰ ਸਾਹਿਬ ਵੱਲ ਚਾਲੇ ਪਾਉਂਦੇ ਨੇ ਗੁਰਾਂ ਦਾ ਸੀਸ ਲੈ ਕੇ। ਤਾਂ ਨਾਭਾ ਸਾਹਿਬ ਦੀ ਧਰਤੀ 'ਤੇ ਵੀ ਉਸ ਤੋਂ ਬਾਅਦ ਦਸਵੇਂ ਪਿਤਾ ਦਸਮ ਪਾਤਸ਼ਾਹ ਉਸ ਅਸਥਾਨ 'ਤੇ ਵੀ ਆਉਂਦੇ ਨੇ ਜੀਰਕਪੁਰ ਦੇ ਵਿੱਚ, ਉਹ ਅਸਥਾਨ ਗੁਰਦੁਆਰਾ ਨਾਭਾ ਸਾਹਿਬ, ਇਹ ਨਾਢਾ ਸਾਹਿਬ ਹੈ, ਉਹ ਨਾਭਾ ਸਾਹਿਬ ਹੈ, ਦੋਨਾਂ ਅਸਥਾਨਾਂ ਦੇ ਨਾਮ ਦੇ ਵਿੱਚ ਥੋੜ੍ਹਾ ਫਰਕ ਹੈ, ਪਰ ਗੁਰੂ ਸਾਹਿਬ ਉਸ ਅਸਥਾਨ 'ਤੇ ਵੀ ਆਏ। ਹਾਲਾਂਕਿ ਉਸ ਤੋਂ ਪਹਿਲਾਂ ਗੁਰੂ ਸਾਹਿਬ ਜ਼ੀਰਕਪੁਰ ਦੇ ਵਿੱਚ ਹੀ ਗੁਰਦੁਆਰਾ ਬੌਲੀ ਸਾਹਿਬ ਹੈ, ਉਸ ਸਥਾਨ 'ਤੇ ਵੀ ਆਉਂਦੇ ਨੇ, ਉਸ ਸਥਾਨ 'ਤੇ ਪਹਿਲਾਂ ਆਉਂਦੇ ਨੇ, ਉਸ ਤੋਂ ਬਾਅਦ
ਲੋਹਗੜ੍ਹ ਸਾਹਿਬ ਹੈ, ਗੁਰਦੁਆਰਾ ਬੌਲੀ ਸਾਹਿਬ ਤੋਂ ਬਾਅਦ ਲੋਹਗੜ੍ਹ ਸਾਹਿਬ ਦੇ ਅਸਥਾਨ ਤੇ ਜਾਂਦੇ ਨੇ ਔਰ ਲੋਹਗੜ੍ਹ ਤੋਂ ਗੁਰਦੁਆਰਾ ਨਾਭਾ ਸਾਹਿਬ ਦੇ ਅਸਥਾਨ ਤੇ ਜਾਂਦੇ ਨੇ, ਤਿੰਨ ਅਸਥਾਨ ਉਹ ਤੇ ਚੌਥਾ ਅਸਥਾਨ ਇਹ, ਚਾਰ ਅਸਥਾਨ ਤਾਂ ਬਿਲਕੁਲ ਨੇੜੇ ਨੇੜੇ। ਜਿਹੜੀ ਸੰਗਤ ਚੰਡੀਗੜ੍ਹ ਜਾਂ ਪੰਚਕੂਲਾ, ਜ਼ੀਰਕਪੁਰ ਜਾਂ ਆਸ ਪਾਸ ਮੋਹਾਲੀ, ਜਿੰਨੇ ਵੀ ਆਸ ਪਾਸ ਅਗਰ ਆਪਾਂ ਇਸ ਟ੍ਰਾਈ ਸਿਟੀ ਦੀ ਗੱਲ ਕਰ ਲਈਏ ਤਾਂ ਇਹ ਸੰਗਤ ਆ ਜਿਹੜੀ ਇਹਨਾਂ ਸਾਰੇ ਅਸਥਾਨਾਂ ਦੇ ਦਰਸ਼ਨ ਕਰ ਸਕਦੀ ਹੈ, ਜਿਹੜੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਸਥਾਨ ਨੇ। ਕਈ ਵਾਰ ਜਾਣੇ ਅਣਜਾਣੇ ਸਾਨੂੰ ਉਸ ਚੀਜ਼ ਬਾਰੇ ਗਿਆਨ ਨਹੀਂ ਹੁੰਦਾ, ਕਈ ਵਾਰ ਅਸੀਂ ਨੇੜੇ ਰਹਿ ਕੇ ਵੀ ਗੁਰੂਆਂ ਦੀ ਉਸ ਧਰਤੀ ਤੱਕ ਜਿਹੜਾ ਨਹੀਂ ਨਤਮਸਤਕ ਹੋ ਪਾਉਂਦੇ, ਕਿਉਂਕਿ ਗੁਰੂ ਦੀ ਰਜ਼ਾ ਬਿਨਾਂ ਕੁਝ ਨਹੀਂ ਹੋ ਸਕਦਾ। ਤਾਂ ਇਹ ਅਸਥਾਨ, ਚਾਰ ਅਸਥਾਨਾਂ ਬਾਰੇ, ਹਾਲਾਂਕਿ ਉਸ ਤੋਂ ਇਲਾਵਾ ਵੀ ਬੜੇ ਅਸਥਾਨ ਹੋਰ ਵੀ ਆਸ ਪਾਸ ਨੇ, ਪਰ ਇਹ ਚਾਰ ਅਸਥਾਨ ਤਾਂ ਬਿਲਕੁਲ ਨੇੜੇ ਨੇੜੇ ਨੇ ਜਿਨ੍ਹਾਂ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ, ਜਿੱਥੇ ਦਸਮ ਪਿਤਾ ਦੀ ਚਰਨ ਛੋਹ ਪ੍ਰਾਪਤ ਹੈ। ਅੱਜ ਦੇ ਦਿਨ ਇਸ ਧਰਤੀ 'ਤੇ ਚਾਨਣ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ, ਗੁਰੂ ਨਾਨਕ ਦੇਵ ਜੀ ਦੇ ਦਸਵੇਂ ਜਾਮੇ ਨੇ, ਔਰ ਜਿਵੇਂ ਪਹਾੜਾਂ ਦੇ ਵਿੱਚੋਂ ਤੁਹਾਨੂੰ ਇਹ ਸੂਰਜ ਨਿਕਲਦਾ ਨਜ਼ਰ ਆ ਰਿਹਾ, ਇਸੇ ਤਰ੍ਹਾਂ ਜਦੋਂ ਦਸਮ ਪਿਤਾ ਨੇ ਅਵਤਾਰ ਧਾਰਿਆ ਤਾਂ ਧਰਤੀ ਇੱਕ ਵਾਰ ਫਿਰ ਤੋਂ ਰੁਸ਼ਨਾ ਗਈ। ਦਸਵਾਂ ਜਾਮਾ ਸੀ ਗੁਰੂ ਨਾਨਕ ਸਾਹਿਬ ਦਾ, ਜਦੋਂ ਦਸਵੇਂ ਜਾਮੇ ਦੇ ਵਿੱਚ ਪ੍ਰਵੇਸ਼ ਕਰਦੇ ਨੇ ਪਟਨਾ ਸਾਹਿਬ ਦੀ ਧਰਤੀ 'ਤੇ, ਤਾਂ ਇਸੇ ਸੂਰਜ ਵਾਂਗ ਧਰਤੀ 'ਤੇ ਚਾਨਣ ਇੱਕ ਵਾਰ ਫਿਰ ਤੋਂ ਹੁੰਦਾ। ਗੁਰਾਂ ਦੀ ਦਸਵੀਂ ਜੋਤ ਧਰਤੀ 'ਤੇ ਅਵਤਾਰ ਧਾਰਦੀ ਹੈ ਪਟਨਾ ਸਾਹਿਬ ਦੀ ਧਰਤੀ 'ਤੇ। ਇਤਿਹਾਸਕਾਰ ਦੱਸਦੇ ਨੇ, ਮੈਂ ਇੱਕ ਅੱਜ ਗਿਆਨੀ ਪਿੰਦਰਪਾਲ ਸਿੰਘ ਜੀ ਸਿੱਖ ਪ੍ਰਚਾਰਕ ਨੇ, ਕਾਫੀ ਵਾਹਿਗੁਰੂ ਦੀ ਕਿਰਪਾ ਉਹਨਾਂ 'ਤੇ, ਉਹਨਾਂ ਨੂੰ ਗਿਆਨ ਬਖਸ਼ਿਆ ਗੁਰੂ ਨੇ, ਤਾਂ ਉਹਨਾਂ ਦੀ ਮੈਂ ਕਥਾ ਸਰਵਣ ਕਰ ਰਿਹਾ ਸੀ। ਪਹਿਲੀ ਜੋਤ, ਪਹਿਲਾ ਜਾਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਆਪਣੇ ਪਹਿਲੇ ਜਾਮੇ ਦੇ ਵਿੱਚ ਜਾਂਦੇ ਨੇ। ਗਊ ਘਾਟ ਉਸ ਅਸਥਾਨ ਦਾ ਨਾਮ ਹੈ ਜਿੱਥੇ ਜਾਂਦੇ ਨੇ। ਤਾਂ ਮੈਂ ਉਸ ਕਥਾ ਦੇ ਵਿੱਚ ਜੋ ਸਰਵਣ ਕੀਤਾ ਸੰਗਤ ਦੇ ਨਾਲ ਵੀ ਸਾਂਝਾ ਕਰਦੇ ਹਾਂ। ਤਾਂ ਕਹਿੰਦੇ ਨੇ ਕਿ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ, ਕਿਉਂਕਿ ਭਾਈ ਮਰਦਾਨਾ ਜੀ ਹਮੇਸ਼ਾ ਨਾਲ ਹੋਇਆ ਕਰਦੇ ਸੀ, ਤਾਂ ਭਾਈ ਮਰਦਾਨਾ ਜੀ ਨੂੰ ਕੁਝ ਖਾਣ ਪੀਣ ਦੇ ਲਈ ਜੋ ਭੁੱਖ ਲੱਗਦੀ ਹੈ, ਤਾਂ ਉਹਨਾਂ ਨੂੰ ਇੱਕ ਮੋਤੀ ਜਿਹੜਾ ਦਿੰਦੇ ਨੇ ਕਿ ਭਾਈ ਮਰਦਾਨਾ ਲੈ ਤੂੰ ਇਹ ਮੋਤੀ ਲੈ ਲਾ ਅਤੇ ਜਾ ਕੇ ਇਹਨੂੰ ਬਾਜ਼ਾਰ ਦੇ ਵਿੱਚ ਦੇ ਕੇ ਕੁਝ ਰਾਸ਼ਨ ਪਾਣੀ ਦਾ ਪ੍ਰਬੰਧ ਕਰ ਲਾ, ਛਕ ਲਾ। ਤਾਂ ਕਹਿੰਦੇ ਨੇ ਕਿ ਉਹ ਅਨੇਕਾਂ ਜੌਹਰੀਆਂ ਦੇ ਕੋਲ ਜਾਂਦੇ ਨੇ, ਤਾਂ ਹਰ ਕੋਈ ਜਿਹਨੂੰ ਜਿੰਨੀ ਸਮਝ ਹੈ ਕਿ ਉਸ, ਕਹਿੰਦੇ ਨੇ ਕਿ ਇੱਕ ਹੀਰੇ ਦੀ ਕੀਮਤ ਪਾਰਖੂ ਜਿਹੜਾ ਹੈਗਾ ਉਹੀ ਜਿਹੜਾ ਲਾਉਂਦਾ। ਤਾਂ ਹਾਲਾਂਕਿ ਇਹ ਕਥਾ ਥੋੜ੍ਹੀ ਜਿਹੀ, ਕਿਉਂਕਿ ਕਾਫੀ ਲੰਬੀ ਹੈ, ਤਾਂ ਇਹਦੇ ਬਾਰੇ ਜਦੋਂ ਅਸੀਂ ਦੁਬਾਰਾ ਤੁਹਾਡੇ ਸਾਹਮਣੇ, ਕਿਉਂਕਿ ਹੁਣ ਸਮੇਂ ਦੀ ਆਵਾਜ਼ ਆ ਗਈ ਹੈ ਕਿ ਸਮਾਂ ਥੋੜ੍ਹਾ, ਤਾਂ ਜਦੋਂ ਅਗਲਾ ਲਾਈਵ ਹੋਏਗਾ ਤਾਂ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ। ਤਾਂ ਇੰਨਾ ਦੱਸ ਦਿਆ ਕਿ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ, ਤਾਂ ਉੱਥੇ ਸਾਲਸਰਾਏ ਗੁਰੂ ਘਰ ਦਾ ਸੇਵਕ ਉਹਨਾਂ ਨੂੰ ਉਸ ਵੇਲੇ ਬੋਲ ਕਰਦੇ ਨੇ, ਜਦੋਂ ਬੇਨਤੀ ਕਰਦੇ ਨੇ ਕਿ ਗੁਰੂ ਸਾਹਿਬ ਮੇਰੇ ਘਰ ਚਰਨ ਪਾਓ, ਤਾਂ ਉਹਨਾਂ ਨੂੰ ਕਹਿੰਦੇ ਨੇ ਸਾਲਸਰਾਏ ਜੀ ਨੂੰ ਕਿ ਤੁਹਾਡੇ ਘਰ ਕਈ ਸਾਲ ਰੁਕਾਂਗੇ। ਤਾਂ ਫਿਰ ਦਸਵੇਂ ਜਾਮੇ ਦੇ ਵਿੱਚ ਆ ਕੇ ਜਦੋਂ ਗੁਰੂ ਸਾਹਿਬ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦੀ ਧਰਤੀ 'ਤੇ ਹੁੰਦਾ, ਤਾਂ ਕਈ ਸਾਲ ਉੱਥੇ ਰਹਿੰਦੇ ਨੇ। ਤਾਂ ਪਹਿਲੇ ਜਾਮੇ ਦੇ ਬੋਲ ਜਿਹੜੇ ਨੇ, ਪਹਿਲੇ ਜਾਮੇ ਦੇ ਬਚਨ ਗੁਰੂ ਸਾਹਿਬ ਦਸਵੇਂ ਜਾਮੇ ਦੇ ਵਿੱਚ ਆ ਕੇ ਪੂਰੇ ਕਰਦੇ ਨੇ। ਤਾਂ ਤੁਹਾਨੂੰ ਪਵਿੱਤਰ ਧਰਤੀ ਨਾਢਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ।